ਇਸੇ ਨੂੰ ਲੈ ਕੇ ਕੀ ਸਮਝਿਆ ਜਾਵੇ ਕਿ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਫਿਰ ਤੋਂ NSA ਲੱਗਾ ਆ, ਉਹ ਪੰਜਾਬ ਸਰਕਾਰ ਨੇ ਲਾਇਆ ਜਾਂ ਸੈਂਟਰ ਨੇ ਲਾਇਆ? ਇਹਦੇ 'ਚ ਦੋਨੋਂ ਇਨਵੋਲਵ ਹੁੰਦੀਆਂ ਨੇ। ਜਿਹੜੀ ਸਟੇਟ ਗੌਰਮੈਂਟ NSA ਲਾਉਂਦੀ ਹੈ, NSA ਲਾਉਣ ਤੋਂ ਬਾਅਦ ਉਹਨੂੰ ਸੈਂਟਰ ਗੌਰਮੈਂਟ ਨੂੰ ਭੇਜਿਆ ਜਾਂਦਾ। ਸੈਂਟਰ ਗੌਰਮੈਂਟ ਨੂੰ ਵਿਦ ਇਨ ਵੀਕ ਭੇਜਣਾ ਪੈਂਦਾ, ਉਹਦੀ ਕਨਫਰਮੇਸ਼ਨ ਤੋਂ ਬਾਅਦ ਹੀ ਇਹ ਕਨਫਰਮ ਹੁੰਦਾ ਹੈ। ਇਹ ਦੋਨੋਂ ਤਰ੍ਹਾਂ ਝੂਠ ਬੋਲ ਰਹੀਆਂ ਨੇ। ਇਹ ਸਟੇਟ ਦਾ ਵੀ ਰੋਲ ਹੈ, ਸੈਂਟਰ ਦਾ ਵੀ ਰੋਲ ਹੈ। ਉਸ ਤੋਂ ਅਗਲੀ ਗੱਲ ਵੱਧ ਕੇ ਮੈਂ ਤੁਹਾਨੂੰ ਕਹਾਂਗਾ ਕਿ ਇਸ ਮਸਲੇ 'ਤੇ ਜਿਹੜੀ ਜੁਡੀਸ਼ਰੀ ਹੈ ਉਹ ਵੀ ਨਾਲ ਰਲੀ ਹੋਈ ਹੈ ਇਹਨਾਂ 'ਤੇ। ਇਹ NSA ਲੱਗਿਆ ਸੀ 11 ਬੰਦਿਆਂ 'ਤੇ, ਜਿਹਦੇ ਵਿੱਚੋਂ ਇਨੀਸ਼ਲੀ ਜਿਹੜੇ ਸੀ ਇੱਕ ਬੰਦਾ ਫਰਾਰ ਹੈਗਾ ਅਜੇ ਵੀ, ਬਿਕਰਮਜੀਤ ਸਿੰਘ। ਪਹਿਲੇ 19 ਮਾਰਚ ਨੂੰ 6 ਬੰਦੇ ਫੜੇ ਨੇ, ਫਿਰ ਇਹਨਾਂ ਨੇ 7ਵਾਂ ਬੰਦਾ ਗੁਰਿੰਦਰ ਸਿੰਘ ਗੁਰਔਜਲਾ ਫੜਿਆ, ਫਿਰ ਹਰਜੀਤ ਸਿੰਘ ਨੂੰ ਫੜਿਆ, ਫਿਰ ਪੱਪਲਪ੍ਰੀਤ ਸਿੰਘ ਫੜਿਆ ਗਿਆ ਅਤੇ ਫਿਰ ਅੰਮ੍ਰਿਤਪਾਲ ਫੜਿਆ ਗਿਆ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਕਿ 1 ਸਾਲ ਤੋਂ ਬਾਅਦ ਦੂਜਾ ਸਾਲ ਹੋ ਰਿਹਾ NSA ਨੂੰ। NSA ਦੀ ਐਕਸਟੈਂਸ਼ਨ ਦੀ ਪ੍ਰੋਵੀਜ਼ਨਸ ਹੈਗੀਆਂ ਨੇ ਦੂਜੇ ਸਾਲ ਲਈ, ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਜਿਹੜੇ ਕੇਸ ਦੇ ਵਿੱਚ 1 ਸਾਲ ਦਾ ਪੀਰੀਅਡ ਹੈ ਅਤੇ ਇੱਥੋਂ ਦੀਆਂ ਅਦਾਲਤਾਂ ਨੂੰ 15 ਮਹੀਨੇ ਹੋ ਗਏ ਨੇ, ਉਹਦੀ ਸੁਣਵਾਈ ਨਹੀਂ ਹੋ ਰਹੀ। ਸੋ ਇੱਥੇ ਸਟੇਟ ਅਤੇ ਸੈਂਟਰ ਨੂੰ ਤਾਂ ਅਕਿਊਜ਼ ਕਰ ਹੀ ਰਿਹਾ, ਜਿਹੜੀ ਜੁਡੀਸ਼ਰੀ ਹੈ ਉਹ ਵੀ ਇਕੁਅਲੀ ਇਨਵੋਲਵ ਹੈਗੀ। ਤੁਸੀਂ ਇਹ ਦੇਖੋ ਕਿ ਸਾਲ ਖਤਮ ਵੀ ਹੋ ਗਿਆ ਅਤੇ ਸਾਡੀਆਂ ਜਿਹੜੀਆਂ ਰਿਟ ਪਟੀਸ਼ਨ ਨੇ ਸਟਿਲ ਪੈਂਡਿੰਗ ਨੇ ਹਾਈਕੋਰਟ 'ਚ। ਸਾਨੂੰ ਤਾਂ ਇਹ ਸੀ ਕਿ ਸਾਡੇ ਅੱਜ 15 ਮਹੀਨੇ ਤੋਂ ਉੱਪਰ ਹੋ ਗਏ ਨੇ, ਅਦਾਲਤਾਂ ਡੇਟ 'ਤੇ ਡੇਟ ਹੀ ਪਾਈ ਜਾ ਰਹੀਆਂ ਨੇ, ਸੁਣਵਾਈ ਨਹੀਂ ਕਰ ਰਹੀਆਂ ਹੈਗੀਆਂ। ਸੋ ਅਸੀਂ ਤਾਂ ਇਹਦਾ ਤਾਂ ਇੱਕੋ ਵੇ ਆਊਟ ਹੈਗਾ ਕਿ ਚਾਰਾਂ ਸਟੇਟ ਗੌਰਮੈਂਟ ਕੋਲ ਪਾਵਰ ਹੈਗੀ ਹੈ, ਉਹ ਇਹਨੂੰ ਵਾਪਸੀ ਲੈ ਸਕਦੀ ਹੈ, ਸੈਂਟਰ ਗੌਰਮੈਂਟ ਸਕ੍ਰੈਪ ਕਰ ਸਕਦਾ ਹੈ। ਸਕ੍ਰੈਪ ਕਰਨ ਦੀ ਬਜਾਏ ਸਰਕਾਰ ਨੇ ਫਿਰ ਜਿਹੜਾ ਵਾ ਉਹਨੂੰ ਐਕਸਟੈਂਡ ਕਰ ਦਿੱਤਾ ਅਤੇ ਅਜੇ ਤੱਕ, ਕਿਉਂਕਿ ਜੇਲ੍ਹ ਦੇ ਵਿੱਚ ਜਿਹੜੇ ਇਹਨਾਂ ਦੇ ਫੋਨ ਸੀ, ਫੈਸਿਲਿਟੀ ਸੀ, ਪਿਛਲੇ 2 ਮਹੀਨੇ ਤੋਂ ਬੰਦ ਹੈ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਐਡਵਾਈਜ਼ਰੀ ਬੋਰਡ ਦੇ ਵੱਲੋਂ 1 ਸਾਲ ਤੋਂ ਬਾਅਦ ਲਗਾਤਾਰ ਦੂਜੇ ਸਾਲ ਨੂੰ ਲੈ ਕੇ ਵੀ NSA ਵਧਾ ਦਿੱਤੀ ਗਈ ਹੈ, ਇਸ ਨੂੰ ਲੈ ਕੇ ਵੱਡੀਆਂ ਚਰਚਾਵਾਂ ਖਾਸ ਕਰ ਰਾਜਸੀ ਸਫਾਵਾਂ ਦੇ ਅੰਦਰ ਵੀ ਹੋਣੀਆਂ ਸੁਭਾਵਿਕ ਨੇ ਅਤੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਵਾਸਤੇ ਜਿਹੜਾ ਕਾਨੂੰਨੀ ਮਾਹਿਰ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਸਾਡੇ ਨਾਲ ਹਾਜ਼ਰ ਨੇ, ਉਹਨਾਂ ਦੇ ਕੋਲੋਂ ਤਮਾਮ ਸਾਰੇ ਜਿਹੜੇ ਸਵਾਲ ਮੌਜੂਦਾ ਸਮੇਂ ਦੇ ਵਿੱਚ ਉੱਠਦੇ ਨੇ ਉਹਨਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ। ਸਰ ਸਵਾਗਤ ਹੈ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਹੈ, ਜੇ ਗੱਲ ਕੀਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ, ਖਾਸ ਕਰ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੀ ਵੋਟ ਦੇ ਕੇ ਵੱਡੀ ਜਿੱਤ ਹਾਸਲ ਕਰਵਾਈ ਹੈ ਅਤੇ ਇਸੇ ਦੇ ਉੱਪਰ ਵੱਡੀਆਂ ਚਰਚਾਵਾਂ ਇਹ ਨੇ ਕਿ ਰਿਹਾਈ ਦੇ ਬਦਲੇ ਲੋਕਾਂ ਨੂੰ ਆਸ ਸੀ ਕਿ ਰਿਹਾਈ ਹੋਵੇਗੀ, ਪਰ ਦੂਜੇ ਪਾਸੇ 1 ਸਾਲ ਦੀ NSA ਵਧਾ ਦਿੱਤੀ ਗਈ ਹੈ, ਕਿਵੇਂ ਦੇਖਦੇ ਹੋ ਜੀ? ਦੇਖੋ, ਜਿਹੜਾ NSA ਐਕਟ ਹੈਗਾ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਕਿ NSA ਦੇ ਵਿੱਚ ਵੱਧ ਤੋਂ ਵੱਧ 1 ਸਾਲ ਤੁਸੀਂ ਬੰਦੇ ਨੂੰ ਰੱਖ ਸਕਦੇ ਹੋ। ਅਤੇ ਜਿਹੜੀ ਇਨੀਸ਼ੀਅਲ NSA ਸੀ, ਇਹਨਾਂ ਨੇ 18 ਮਾਰਚ 2023 ਨੂੰ ਆਰਡਰ ਪਾਸ ਕੀਤਾ ਸੀ, 19 ਤਰੀਕ ਨੂੰ ਉਹਦੇ ਤਹਿਤ ਇਹਨਾਂ ਨੇ ਵੱਖ ਵੱਖ ਬੰਦਿਆਂ ਦੀਆਂ ਸਟੈਪ ਬਾਈ ਸਟੈਪ ਅਰੈਸਟ ਕੀਤੀਆਂ ਨੇ ਜੀ। ਇਹ NSA ਲੱਗਿਆ ਸੀ 11 ਬੰਦਿਆਂ 'ਤੇ, ਜਿਹਦੇ ਵਿੱਚੋਂ ਇਨੀਸ਼ੀਅਲੀ ਜਿਹੜੇ ਸੀ ਇੱਕ ਬੰਦਾ ਫਰਾਰ ਹੈਗਾ ਅਜੇ ਵੀ, ਬਿਕਰਮਜੀਤ ਸਿੰਘ। ਪਹਿਲੇ 19 ਮਾਰਚ ਨੂੰ 6 ਬੰਦੇ ਫੜੇ ਨੇ, ਫਿਰ ਇਹਨਾਂ ਨੇ 7ਵਾਂ ਬੰਦਾ ਗੁਰਿੰਦਰ ਸਿੰਘ ਗੁਰੌਜਲਾ ਫੜਿਆ,
ਫਿਰ ਹਰਜੀਤ ਸਿੰਘ ਨੂੰ ਫੜਿਆ, ਫਿਰ ਪੱਪਲਪ੍ਰੀਤ ਸਿੰਘ ਫੜਿਆ ਗਿਆ ਅਤੇ ਫਿਰ ਅੰਮ੍ਰਿਤਪਾਲ ਫੜਿਆ ਗਿਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈ ਕਿ ਕਿਉਂਕਿ ਐੱਨ ਐੱਸ ਏ ਐਕਟ ਕਹਿੰਦਾ ਹੈ ਕਿ 12 ਮਹੀਨੇ ਤੋਂ ਵੱਧ ਤੁਸੀਂ ਬੰਦੇ ਨੂੰ ਕਨਫਾਈਨ ਨਹੀਂ ਕਰ ਸਕਦੇ, ਪਰ ਸਮ ਅਦਰ ਮਤਲਬ ਕੁਛ ਐਸੇ ਸਰਕਮਸਟਾਂਸਿਸ ਨੇ ਜਿਹਦੇ ਵਿੱਚ ਐੱਨ ਐੱਸ ਏ ਨੂੰ ਤੁਸੀਂ ਦੁਬਾਰਾ ਐਕਸਟੈਂਡ ਕਰ ਸਕਦੇ ਹੋ ਨਵੇਂ ਸਿਰੇ ਤੋਂ। ਇਹ 3 ਮੰਥ ਕਰਕੇ ਹੁੰਦਾ ਕਿ ਇੱਕ ਵਾਰ ਦਾ ਸਾਲ ਦਾ ਇਕੱਠਾ ਹੀ ਹੋ ਜਾਂਦਾ ਜੀ? ਜੀ, 1 ਸਾਲ ਲਈ ਹੁੰਦਾ ਹੈ, ਉਹਨੂੰ ਮੈਕਸੀਮਮ 3-3 ਮਹੀਨੇ ਬਾਅਦ ਤੁਸੀਂ ਰਿਵਿਊ ਕਰਨਾ ਜ਼ਰੂਰੀ ਹੁੰਦਾ ਹੈ, 1 ਸਾਲ ਤੋਂ ਵੱਧ ਨਹੀਂ ਕਰ ਸਕਦੇ। ਸੋ ਇਹਨਾਂ ਨੇ 1 ਸਾਲ ਤੋਂ ਬਾਅਦ ਜਿਹੜੀਆਂ ਨਵੀਆਂ ਗਰਾਊਂਡਸ ਲਈਆਂ ਹੈ ਕਿ ਜਿਹੜਾ ਫਰਵਰੀ ਦੇ ਵਿੱਚ ਇੱਥੇ ਅੰਮ੍ਰਿਤਸਰ ਧਰਨਾ ਲੱਗਿਆ ਸੀ, ਮਾਰਚ ਵਿੱਚ ਜਿਹੜੀਆਂ ਆਡੀਓ ਰਿਕਾਰਡਿੰਗਸ ਹੁੰਦੀਆਂ ਨੇ, ਕੁਛ ਇਹਨਾਂ ਦੀਆਂ ਇਨਪੁੱਟ ਸੀ ਉਹਨੂੰ ਲੈ ਕੇ ਇਹ ਨਵੇਂ ਸਿਰਿਓਂ 1 ਸਾਲ ਦੀ ਫਿਰ ਇਹ ਐੱਨ ਐੱਸ ਏ ਲਾਉਂਦੇ ਨੇ। ਉਹਦਾ ਜਿਹੜਾ ਪਹਿਲਾ ਇੰਟਰਵਲ ਹੈ ਉਹ 18 ਜੂਨ ਨੂੰ ਪੂਰਾ ਹੋਇਆ ਹੈ। 18 ਜੂਨ ਨੂੰ ਬੜੇ ਹੋਪਫੁੱਲ ਸੀ ਕਿਉਂਕਿ ਮੈਂ 10 ਤਰੀਕ ਨੂੰ ਜੇਲ੍ਹ 'ਚ ਮਿਲ ਕੇ ਆਇਆ, ਐਕਸਪੈਕਟਡ ਸੀ ਕਿ ਹੁਣ ਮਾਹੌਲ ਬਦਲ ਚੁੱਕਿਆ ਹੈ। ਜਿਹੜਾ ਇੱਕ ਮੁੰਡਾ ਵਿੱਚੋਂ ਅੰਮ੍ਰਿਤਪਾਲ ਨੂੰ ਮੈਂਬਰ ਪਾਰਲੀਮੈਂਟ ਬਣ ਚੁੱਕਿਆ ਹੈ, ਸੋ ਇਹ ਸਕ੍ਰੈਪ ਹੋ ਜਾਏਗੀ। ਸਕ੍ਰੈਪ ਕਰਨ ਦੀ ਬਜਾਏ ਸਰਕਾਰ ਨੇ ਫਿਰ ਜਿਹੜਾ ਵਾ ਉਹਨੂੰ ਐਕਸਟੈਂਡ ਕਰ ਦਿੱਤਾ। ਅਤੇ ਅਜੇ ਤੱਕ ਕਿਉਂਕਿ ਜੇਲ੍ਹ ਦੇ ਵਿੱਚ ਜਿਹੜੇ ਇਹਨਾਂ ਦੇ ਫੋਨ ਸੀ, ਫੈਸਿਲਿਟੀ ਸੀ, ਪਿਛਲੇ 2 ਮਹੀਨੇ ਤੋਂ ਬੰਦ ਹੈ। ਸੋ ਲੋਇਰ ਨੂੰ ਤਾਂ ਫੈਮਿਲੀ ਮੈਂਬਰਸ ਨੂੰ ਜਿਹੜੇ ਮੁੰਡੇ ਬੰਦ ਨੇ ਫੋਨ ਕਰ ਸਕਦੇ ਨੇ, ਸੋ ਸਾਡਾ ਸੰਪਰਕ ਨਹੀਂ ਹੈਗਾ। ਅਤੇ ਮੈਨੂੰ ਹੁਣ ਕੱਲ੍ਹ ਹੀ ਪਤਾ ਲੱਗਿਆ, ਮੈਂ ਈਮੇਲ ਵੀ ਭੇਜੀ ਹੈ, ਮੈਸੇਜ ਵੀ ਕੀਤਾ ਹੈ। ਹੁਣ ਇਹਨਾਂ ਨੇ ਮੰਡੇ, ਸੈਚਰਡੇ, ਸੰਡੇ 3 ਦਿਨ ਇਹਨਾਂ ਡਿਟੈਨਿਊਜ਼ ਨੂੰ ਦਿੱਤੇ ਨੇ ਕਿ ਇਹ ਆਪਦੇ ਵਕੀਲ ਨਾਲ, ਆਪਦੇ ਪਰਿਵਾਰ ਨਾਲ ਗੱਲ ਕਰ ਸਕਦੇ ਨੇ। ਜੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਸੈਂਟਰ ਸਰਕਾਰ ਨੂੰ ਬਲੇਮ ਕੀਤਾ ਜਾਂਦਾ ਸੀ ਕਿ ਸੈਂਟਰ ਸਰਕਾਰ ਨੇ ਲਾਇਆ, ਅਤੇ ਦੂਜੇ ਪਾਸੇ ਸੈਂਟਰ ਸਰਕਾਰ ਦੇ ਵੱਲੋਂ, ਭਾਜਪਾ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਬਲੇਮ ਕੀਤਾ ਜਾਂਦਾ ਸੀ। ਇਸੇ ਨੂੰ ਲੈ ਕੇ ਕੀ ਸਮਝਿਆ ਜਾਵੇ ਕਿ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਫਿਰ ਤੋਂ ਐੱਨ ਐੱਸ ਏ ਲੱਗਾ ਆ, ਉਹ ਪੰਜਾਬ ਸਰਕਾਰ ਨੇ ਲਾਇਆ ਜਾਂ ਸੈਂਟਰ ਨੇ ਲਾਇਆ ਜੀ? ਕੋਈ ਦਿਸ ਦੋਨੋਂ ਇਨਵੋਲਵ ਹੁੰਦੀਆਂ ਨੇ। ਜਿਹੜੀ ਸਟੇਟ ਗੌਰਮੈਂਟ ਐੱਨ ਐੱਸ ਏ ਲਾਉਂਦੀ ਹੈ, ਐੱਨ ਐੱਸ ਏ ਲਾਉਣ ਤੋਂ ਬਾਅਦ ਉਹਨੂੰ ਸੈਂਟਰ ਗੌਰਮੈਂਟ ਨੂੰ ਭੇਜਿਆ ਜਾਂਦਾ ਹੈ। ਸੈਂਟਰ ਗੌਰਮੈਂਟ ਨੂੰ ਵਿਦਇਨ ਵੀਕ ਭੇਜਣਾ ਪੈਂਦਾ, ਉਹਦੀ ਕਨਫਰਮੇਸ਼ਨ ਤੋਂ ਬਾਅਦ ਹੀ ਇਹ ਕਨਫਰਮ ਹੁੰਦਾ ਹੈ। ਇਹ ਦੋਨੋਂ ਤਰ੍ਹਾਂ ਝੂਠ ਬੋਲ ਰਹੀਆਂ ਨੇ, ਇਹ 'ਚ ਸਟੇਟ ਦਾ ਵੀ ਰੋਲ ਹੈ, ਸੈਂਟਰ ਦਾ ਵੀ ਰੋਲ ਹੈ। ਉਸ ਤੋਂ ਅਗਲੀ ਗੱਲ ਵੱਧ ਕੇ ਮੈਂ ਤੁਹਾਨੂੰ ਕਹਾਂਗਾ ਕਿ ਇਸ ਮਸਲੇ 'ਤੇ ਜਿਹੜੀ ਜੁਡੀਸ਼ਰੀ ਹੈ ਉਹ ਵੀ ਨਾਲ ਰਲੀ ਹੋਈ ਹੈ ਇਹਨਾਂ 'ਤੇ। ਤੁਸੀਂ ਦੇਖੋ ਕਿ 9 ਬੰਦਿਆਂ 'ਤੇ ਕੇਸ ਫਾਈਲ ਹੋਏ ਹਾਈ ਕੋਰਟ 'ਚ ਐੱਨ ਐੱਸ ਏ ਸਕ੍ਰੈਪ ਕਰਨ ਲਈ। ਜਦੋਂ ਬੰਦੇ ਅਰੈਸਟ ਹੁੰਦੇ ਨੇ ਅਸੀਂ ਇਮੀਡੀਏਟਲੀ ਥਰੋ ਰਿਟਸ ਹਾਈ ਕੋਰਟ ਡੀਲ ਕਰਦੇ ਹਾਂ ਕਿ ਐੱਨ ਐੱਸ ਏ ਗਲਤ ਹੈ, ਸਕ੍ਰੈਪ ਹੋਣੀ ਚਾਹੀਦੀ ਹੈ। ਤੁਸੀਂ ਇਹ ਦੇਖੋ ਕਿ ਸਾਲ ਖਤਮ ਵੀ ਹੋ ਗਿਆ ਅਤੇ ਸਾਡੀਆਂ ਜਿਹੜੀਆਂ ਰਿਟ ਪਟੀਸ਼ਨ ਨੇ ਸਟਿਲ ਪੈਂਡਿੰਗ ਨੇ ਹਾਈ ਕੋਰਟ 'ਚ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਕਿ 1 ਸਾਲ ਤੋਂ ਬਾਅਦ ਦੂਜਾ ਸਾਲ ਹੋ ਰਿਹਾ ਐੱਨ ਐੱਸ ਏ ਨੂੰ। ਐੱਨ ਐੱਸ ਸੀ ਦੀ ਐਕਸਟੈਂਸ਼ਨ ਦੀ ਪ੍ਰੋਵੀਜ਼ਨਸ ਹੈਗੀਆਂ ਨੇ ਦੂਜੇ ਸਾਲ ਲਈ, ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਜਿਹੜੇ ਕੇਸ ਦੇ ਵਿੱਚ 1 ਸਾਲ ਦਾ ਪੀਰੀਅਡ ਹੈ ਅਤੇ ਇੱਥੋਂ ਦੀਆਂ ਅਦਾਲਤਾਂ ਨੂੰ 15 ਮਹੀਨੇ ਹੋ ਗਏ ਨੇ, ਉਹਦੀ ਸੁਣਵਾਈ ਨਹੀਂ ਹੋ ਰਹੀ। ਸੋ ਇੱਥੇ ਸਟੇਟ ਅਤੇ ਸੈਂਟਰ ਨੂੰ ਤਾਂ ਅਕਿਊਜ਼ ਕਰ ਹੀ ਰਿਹਾ, ਜਿਹੜੀ ਜੁਡੀਸ਼ਰੀ ਹੈ ਉਹ ਵੀ ਇਕੁਅਲੀ ਇਨਵੋਲਵ ਹੈਗੀ ਹੈ। ਪ੍ਰੈਸ਼ਰ ਹੈ ਜੀ ਜੁਡੀਸ਼ਰੀ 'ਤੇ? ਇਹ ਤਾਂ ਹੁਣ ਮਤਲਬ ਤੁਹਾਨੂੰ ਨਜ਼ਰ ਆ ਹੀ ਰਿਹਾ ਕਿ ਕਿੰਨਾ ਪ੍ਰੈਸ਼ਰ ਹੈਗਾ ਹੈ, ਕਿ ਜਿਹੜਾ ਮੈਟਰ ਦੇ ਵਿੱਚ 1 ਸਾਲ ਦਾ ਪੀਰੀਅਡ ਹੈ, ਕੋਰਟਸ ਦਾ ਫਰਜ਼ ਬਣਦਾ ਸੀ ਕਿ ਕੋਰਟਸ ਕਹਿੰਦੀਆਂ ਨੇ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਹੈ, ਵਿਦਇਨ 2 ਮੰਥਸ ਡਿਸਾਈਡ ਹੋ ਜਾਣਾ ਚਾਹੀਦਾ ਸੀ ਕਿ ਵੈਦਰ ਇਹ ਜਿਹੜਾ ਐੱਨ ਐੱਸ ਏ ਹੈ ਇਹ ਜਸਟੀਫਾਈਡ ਹੈਗੀ ਕਿ ਨਹੀਂ ਹੈਗੀ। ਅਜੇ ਵੀ 12 ਮਹੀਨੇ ਤੋਂ ਉੱਪਰ ਟਾਈਮ ਟੱਪ ਗਿਆ ਅਤੇ ਕੋਰਟ ਵਿੱਚ ਸਾਡੀਆਂ ਡੇਟਾਂ ਪੈਂਡਿੰਗ ਹੈਗੀਆਂ ਨੇ। ਭਾਰਤ ਦੇ ਵਿੱਚ ਲੋਕਤੰਤਰ ਵੱਡਾ ਮੰਨਿਆ ਜਾਂਦਾ ਅਤੇ ਖਡੂਰ ਸਾਹਿਬ ਦੇ ਲੋਕਾਂ ਨੂੰ ਉਮੀਦ ਸੀ ਵੱਡੇ ਵਕਫੇ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਜਿੱਤ ਹਾਸਲ ਕਰਵਾਈ ਜਾਂਦੀ ਹੈ, ਕਿ ਫਿਰ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕ ਹੈ ਉਹਨਾਂ ਦੀ ਉਮੀਦ ਕਿਤੇ ਨਾ ਕਿਤੇ ਅਧੂਰੀ ਰਹਿ ਜਾਏਗੀ ਜੀ?
ਦੇਖੋ ਲੋਕਾਂ ਨੇ ਵੋਟ ਪੱਪੂ ਯਾਦਵ ਨੂੰ ਵੀ ਪਾਈ ਹੈ, ਲੋਕਾਂ ਅੰਸਾਰੀ ਨੂੰ ਵੀ ਪਾਉਂਦੇ ਰਹੇ ਨੇ, ਉਹ ਜੇਲ੍ਹ 'ਚ ਬੈਠੇ ਬੰਦੇ ਰਹੇ ਨੇ। ਇਹ ਕੋਈ ਫਸਟ ਕੇਸ ਨਹੀਂ ਹੈਗਾ ਕਿ ਜੇਲ੍ਹ 'ਚ ਬੈਠੇ ਬੰਦੇ ਨੂੰ ਤੁਸੀਂ ਵੋਟ ਪਾ ਕੇ ਐਮ ਪੀ ਬਣਾਤਾ। ਹੁਣ ਬਾਹਰ ਆਉਣ ਲਈ ਚਾਹੀਦਾ ਹੈ ਕਿ ਜਿਹੜੇ ਉਹਨਾਂ ਦੇ ਖਿਲਾਫ਼ ਕ੍ਰਿਮੀਨਲ ਕੇਸਿਸ ਨੇ ਉਹਨਾਂ 'ਚ ਜ਼ਮਾਨਤਾਂ ਲੈਣ, ਉਹਨਾਂ ਦੀ ਪੈਰਵਾਈ ਕਰਨ, ਫਿਰ ਹੀ ਬਾਹਰ ਹੋਏਗਾ ਨਾ। ਕੋਈ ਵੀ ਬੰਦਾ ਜਿੱਤਣ ਨਾਲ ਬਾਹਰ ਨਹੀਂ ਆ ਸਕਦਾ। ਇਹ ਬੜੀ ਕਿਸਮ ਦੀਆਂ ਮਿਸਕਨਸੈਪਸ਼ਨਸ 'ਚ ਪਤਾ ਨਹੀਂ ਕਿਉਂ ਲੋਕ ਰਿਊਮਰਸ ਪ੍ਰਮੋਟ ਕਰ ਰਹੇ ਨੇ, ਜਿੱਤਣ ਨਾਲ ਬੰਦਾ ਬਾਹਰ ਨਹੀਂ ਆਉਂਦਾ ਹੈਗਾ। ਸਰਦਾਰ ਮਾਨ ਸਾਹਿਬ ਬਾਰੇ ਕਿਉਂ ਦਲੀਲ ਦਿੱਤੀ ਜਾਂਦੀ ਹੈ ਕਿ ਮਾਨ ਸਾਹਿਬ ਦੇ ਉੱਪਰ ਵੀ NSAC ਵਾਰਸ ਪੰਜਾਬ ਦੇ ਲੀਗਲ ਐਡਵਾਈਜ਼ਰ ਇਹ ਦਾਅਵਾ ਕਰਦੇ ਨੇ ਕਿ ਜਿਉਂ ਹੀ ਮਾਨ ਸਾਹਿਬ ਜਿੱਤਦੇ ਨੇ ਅਤੇ NSA ਉਹਨਾਂ ਦੇ ਉੱਪਰ ਹਟ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਲਿਆਂਦਾ ਜਾਂਦਾ? ਦੇਖੋ ਮੈਨੂੰ ਲੱਗਦਾ ਕਿ ਉਹਨੂੰ ਸਮਝ ਨਹੀਂ ਹੋਊਗੀ। ਮਾਨ ਸਾਹਿਬ ਦੇ ਉੱਪਰ ਦੋ ਕੇਸ ਸੀ, ਇੱਕ ਤਾਂ ਉਹਨਾਂ 'ਤੇ ਸਡੀਸ਼ਨ ਦਾ ਪਰਚਾ ਸੀ ਜਦੋਂ ਇਹ ਨੇਪਾਲ ਤੋਂ ਫੜ ਜਾਂਦੇ ਨੇ, ਇੱਕ FIR ਇਹਨਾਂ 'ਤੇ ਸੀ ਕਿ ਇਹਨਾਂ ਨੂੰ ਇੰਦਰਾ ਮਰਡਰ ਕੇਸ ਦੇ ਵਿੱਚ ਕੌਨਸਪਰੇਸੀ ਦੇ ਵਿੱਚ ਤਿੰਨ ਬੰਦਿਆਂ ਨੂੰ ਇਨਵੋਲਵ ਕਰਦੇ ਨੇ। ਜਿਹੜਾ ਇੰਦਰਾ ਮਰਡਰ ਕੇਸ ਸੀ ਉਹਦੇ 'ਚ ਆਫਟਰ ਸੱਗੜ ਸੰਬੰਧ ਕਮਿਸ਼ਨ ਸੀ ਜਿਹਦੇ ਰਾਹੀਂ ਉਹ ਸਕ੍ਰੈਪ ਹੋ ਜਾਂਦਾ, ਵਿਦਡਰੋ ਜਿਹੜੇ ਉਹ ਕੇਸ ਹੈ ਉਹਨੂੰ ਵਾਪਸੀ ਲੈ ਲੈਂਦੀ ਹੈ ਇੰਡੀਅਨ ਸਟੇਟ, ਕਿਉਂਕਿ ਉਹ 'ਚ ਪ੍ਰੂਵ ਨਹੀਂ ਕਰ ਸਕਦੇ। ਅਤੇ ਜਿਹੜਾ ਦੂਸਰਾ ਕੇਸ ਸੀ ਬਿਹਾਰ ਵਾਲਾ, ਉਹਦੇ 'ਚੋਂ ਬਰੀ ਹੋ ਜਾਂਦੇ ਨੇ। ਇਹ ਇਸ ਕਰਕੇ ਨਹੀਂ ਬਾਹਰ ਆਏ ਕਿ ਇਹ ਜਿੱਤ ਗਏ ਨੇ ਅਤੇ ਇਹਨਾਂ ਨੂੰ ਬਾਹਰ ਆ ਗਿਆ, ਇਹ ਕੇਸਾਂ 'ਚੋਂ ਅਕਵਿਟਲ ਹੋ ਕੇ ਫਿਰ ਬਾਹਰ ਆਏ ਨੇ। ਸਰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ NSA ਹੈ ਇਹਨੂੰ ਕਿਹੜੇ ਨਿਜ਼ਾਮ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਚੈਲੰਜ ਕੀਤਾ ਜਾ ਸਕਦਾ ਕਿ ਜਿਹੜੀ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦੇ ਅਧਿਕਾਰ ਪਸੰਦ ਲੋਕ ਨੇ ਉਹਨਾਂ ਦੇ ਵੱਲੋਂ ਮੰਨਿਆ ਜਾਂਦਾ ਕਿ ਬਹੁਤ ਵੱਡੀ ਜ਼ਿਆਦਤੀ ਹੋ ਰਹੀ ਹੈ, ਇਹਨੂੰ ਚੈਲੰਜ ਕੀਤਾ ਜਾ ਸਕਦਾ? ਕਿਹੜਾ ਇਸ ਤਰ੍ਹਾਂ ਦਾ ਨਿਜ਼ਾਮ ਨਜ਼ਰ ਆਉਂਦਾ ਤੁਹਾਡੇ ਅਨੁਸਾਰ? ਦੇਖੋ ਇਹਦੀ ਪ੍ਰੋਵਿਜ਼ਨ ਹੈਗੀ ਹੈ ਹਾਈ ਕੋਰਟ 'ਚ ਆਪਾਂ ਨੂੰ ਕ੍ਰਿਮੀਨਲ ਰਿਟ ਪਟੀਸ਼ਨ 'ਚ ਜਾਣਾ ਪੈਂਦਾ ਹੈ, ਪਰ ਹੁਣ ਸਾਡੇ ਕੇਸ 'ਚ ਇੱਥੋਂ ਦੇ ਜੱਜ ਸਾਹਿਬ ਨੇ ਕਹਿ ਦਿੱਤਾ ਸੀ ਕਿ ਤੁਸੀਂ ਸਿਵਲ ਰਿਟ ਪਟੀਸ਼ਨ ਪਾਓ। ਅਤੇ ਅਦਰਵਾਈਜ਼ ਜਿੰਨੇ ਕੇਸ ਵੀ ਪਿਛਲੇ ਸਾਲ ਚੀਫ ਜਸਟਿਸ ਦੇ ਬੈਂਚ 'ਤੇ ਗਏ ਨੇ UP ਦੇ, ਸਾਰੇ ਕੇਸ ਜਿਹੜੇ NSA ਵਾਲੇ ਸਕ੍ਰੈਪ ਕੀਤੇ ਨੇ ਸੁਪਰੀਮ ਕੋਰਟ ਨੇ। ਸਾਨੂੰ ਤਾਂ ਇਹ ਸੀ ਕਿ ਸਾਡੇ ਅੱਜ 15 ਮਹੀਨੇ ਤੋਂ ਉੱਪਰ ਹੋ ਗਏ ਨੇ, ਅਦਾਲਤਾਂ ਡੇਟ 'ਤੇ ਡੇਟ ਹੀ ਪਾਈ ਜਾ ਰਹੀਆਂ ਨੇ, ਸੁਣਵਾਈ ਨਹੀਂ ਕਰ ਰਹੀਆਂ ਹੈਗੀਆਂ। ਸੋ ਅਸੀਂ ਤਾਂ ਇਹਦਾ ਤਾਂ ਇੱਕੋ ਵੇ ਆਊਟ ਹੈਗਾ ਕਿ ਚਾਰਾਂ ਸਟੇਟ ਗੌਰਮੈਂਟ ਕੋਲ ਪਾਵਰ ਹੈਗੀ ਹੈ, ਉਹ ਇਹਨੂੰ ਵਾਪਸੀ ਲੈ ਸਕਦੀ ਹੈ, ਸੈਂਟਰ ਗੌਰਮੈਂਟ ਸਕ੍ਰੈਪ ਕਰ ਸਕਦਾ ਹੈ, ਐਡਵਾਈਜ਼ਰੀ ਬੋਰਡ ਇਹਨੂੰ ਖਤਮ ਕਰ ਸਕਦਾ ਹੈ, ਚਾਹੇ ਕੋਰਟਸ ਨੇ। ਅਤੇ ਹੁਣ ਚਾਰੋਂ ਜਿਹੜੀਆਂ ਨੇ ਉਹ ਅੰਡਰ ਦਾ ਪ੍ਰੈਸ਼ਰ ਚੱਲ ਰਹੀਆਂ ਨੇ। ਅਤੇ ਫਿਰ ਜੇ ਤੁਸੀਂ ਤੁਹਾਡਾ ਮਨ ਹੀ ਬਣ ਗਿਆ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਅੰਦਰ ਰੱਖਣ ਦਾ, ਫਿਰ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਪੰਜਾਬ ਪੱਖੀ ਇਸ ਤਰ੍ਹਾਂ ਦੀ ਕੋਈ ਸਿਆਸੀ ਧਿਰ ਨਜ਼ਰ ਆਉਂਦੀ ਹੈ ਜਾਂ ਜਿਹੜੇ ਪੰਥਕ ਆਗੂ ਨਜ਼ਰ ਆਉਂਦੇ ਕਿ ਜਿਹੜੇ ਹਾਂ ਦਾ ਨਾਰਾ ਮਾਰ ਕੇ ਪ੍ਰੈਸ਼ਰਲਾਈਜ਼ ਕਰਕੇ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਦਬਾਅ ਬਣਾ ਸਕਦੇ ਨੇ? ਦੇਖੋ ਜੀ, ਮੋਰ ਓਵਰ ਪੋਲੀਟੀਕਲ ਮੋਟੀਵੇਟਡ ਹੈਗਾ। ਹੁਣ ਵੇਖੋ ਸੁਖਪਾਲ ਵੀ ਬੋਲਦਾ ਹੈ ਕਿ ਇਹ ਗਲਤ ਹੈ, ਜਦੋਂ ਕਿ ਉਹਦੀ ਪਾਰਟੀ ਜਿਹੜੀ ਹੈ NSA ਦੀ ਹਮਾਇਤ ਵਿੱਚ ਹੈ, ਅਤੇ ਜਿਹੜਾ NSA ਐਕਟ ਬਣਾਇਆ 1980 'ਚ ਇਹਦੀ ਕਾਂਗਰਸ ਪਾਰਟੀ ਨੇ ਬਣਾਇਆ। ਅਤੇ ਹੁਣ ਇੱਕ ਚੰਦੂ ਮਾਜਰਾ ਵੀ ਕਹਿੰਦਾ ਕਿ ਗਲਤ ਹੈ। ਅਤੇ ਜਦੋਂ ਇਹ ਸਾਰਾ ਕੁਛ ਲੱਗਿਆ ਸੀ ਉਦੋਂ ਇਹੋ ਜਮਾਤ ਕਹਿੰਦੀ ਸੀ ਵੀ ਇਹਨਾਂ ਨੂੰ ਅੰਦਰ ਬੰਦ ਕਿਉਂ ਨਹੀਂ ਕਰਦੇ। ਸੋ ਇਹ ਸਾਰਾ ਕੁਛ ਪੋਲੀਟੀਕਲੀ ਮੋਟੀਵੇਟਡ ਗੱਲਾਂ ਹੈਗੀਆਂ ਨੇ। ਇਹਨਾਂ ਲੋਕਾਂ ਦੀ ਨੀਅਤ ਕੁਛ ਹੋਰ ਹੈ ਅਤੇ ਮਨ 'ਚ ਕੁਛ ਹੋਰ ਹੈ, ਇਹ ਜਸਟ ਲੋਕਾਂ ਦਾ ਵਿੱਚ ਜਿਹੜੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਮੁੱਚੇ ਰੂਪ ਦੇ ਵਿੱਚ ਜੇ ਸਮਝਣਾ ਹੋਵੇ ਕਿ ਜਿੱਤਣ ਤੋਂ ਬਾਅਦ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫਿਰ ਉਹਨਾਂ ਤਮਾਮ ਸਾਰੀਆਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇਗਾ ਜਿਹੜਾ ਇੱਕ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਬਣ ਕੇ ਜਿਹੜੀ ਗਤੀਵਿਧੀ ਜਾਂ ਜਿਹੜੀ ਰੂਪਰੇਖਾ ਉਹਦੇ ਵੱਲੋਂ ਲਿਖੀ ਜਾਂਦੀ ਆ? ਅੰਮ੍ਰਿਤਪਾਲ ਨੂੰ ਆਪਦੇ ਜਿਹੜੇ ਉਹਨੇ ਆਪਦੇ ਇਲੈਕਸ਼ਨ ਫੋਰਮ 'ਚ ਦੱਸਿਆ ਕਿ ਮੇਰੇ ਖਿਲਾਫ਼ 13 FIRs ਨੇ, ਉਹਨੂੰ ਜ਼ਮਾਨਤ ਅਪਲਾਈ ਕਰਨੀ ਪਊਗੀ। ਫਿਰ ਸੁਪਰੀਮ ਕੋਰਟ ਦੀ ਲੈਂਡਮਾਰਕ ਜਜਮੈਂਟਸ ਨੇ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਰਿਪ੍ਰੈਜੈਂਟੇਟਿਵ ਨੇ
ਚਾਹੇ ਉਹ ਐੱਮ ਐੱਲ ਏ ਹੈ ਚਾਹੇ ਉਹ ਐੱਮ ਪੀ ਹੈ, ਉਹਨਾਂ ਦੇ ਖਿਲਾਫ਼ ਕੇਸ ਜਿਹੜੇ ਹੈ ਸਪੀਡੀ ਟ੍ਰਾਇਲ ਹੋਏਗਾ। ਸੋ ਹੁਣ ਉਹਦੇ ਕੋਲ ਰਾਈਟ ਆ ਗਿਆ ਐੱਮ ਪੀ ਬਣਨ ਨਾਲੇ, ਉਹਦੇ ਖਿਲਾਫ਼ ਜਿੰਨੇ ਕੇਸ ਨੇ ਉਹਨਾਂ 'ਚ ਚਲਾਨ ਪੇਸ਼ ਹੋ ਕੇ ਉਹਨਾਂ ਦੀ ਕੇਸ ਚੱਲਣੇ ਚਾਹੀਦੇ ਨੇ। ਬਿਲਕੁਲ, ਕਾਨੂੰਨੀ ਮਾਹਰ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਵਾਰਸ ਪੰਜਾਬ ਦੇ ਮੁਖੀ ਮੰਨੇ ਜਾਂਦੇ ਨੇ, ਵੱਡੀ ਜਿੱਤ ਦੇ ਵੱਡੇ ਵਕਫੇ ਦੇ ਨਾਲ ਜਿੱਤੇ ਨੇ, ਪਰ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਇੱਕ ਸਾਲ ਦੀ ਐੱਨ ਐੱਸ ਏ ਐਕਸਟੈਂਡ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ, ਖਾਸ ਕਰ ਜਿਹੜੇ ਪੰਥ ਪ੍ਰਸਤ ਲੋਕ ਨੇ, ਉਹਨਾਂ ਦਾ ਰਿਐਕਟ ਕਿਸ ਤਰੀਕੇ ਦਾ ਹੋਵੇਗਾ, ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।